ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਮਾਂ ਖੇਡ ਕਬੱਡੀ ਵਿੱਚ। ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆ ਰਹੇ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਦੋਸਤੋ, ਘੰਟੀ ਦੇ ਬਟਨ 'ਤੇ ਵੀ ਕਲਿੱਕ ਕਰ ਦੇਣਾ ਤਾਂ ਜੋ ਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਕਰੋ ਨੋਟ, ਅੱਜ ਦੇ ਕਬੱਡੀ ਕੱਪ 19 ਜਨਵਰੀ 2023 ਦੇ ਕਿੱਥੇ ਕਿੱਥੇ ਹੋਣਗੇ। ਦੋਸਤੋ, ਰਾਮੂ ਵਾਲਾ ਕਲਾਂ ਜ਼ਿਲ੍ਹਾ ਮੋਗਾ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੈ, ਜਿੱਥੇ ਦੋਸਤੋ ਕੁਲਬੀਰ ਟਿਟਾਣੇ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨ ਵੀ ਕੀਤਾ ਜਾਣਾ ਹੈ ਇਸ ਕਬੱਡੀ ਕੱਪ ਵਿੱਚ। ਅਤੇ ਇੱਥੇ ਦੋਸਤੋ ਕਬੱਡੀ ਦਾ ਪਹਿਲਾ ਇਨਾਮ ਹੈ 1 ਲੱਖ ਰੁਪਇਆ, ਦੂਜਾ ਇਨਾਮ 75,000 ਰੁਪਇਆ ਹੈ। ਦੋਸਤੋ, ਕਬੱਡੀ ਓਪਨ ਦੇ ਵਿੱਚ 3 ਖਿਡਾਰੀ ਬਾਹਰ ਦੇ ਹੋਣਗੇ। ਇੱਥੇ ਦੋਸਤੋ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 20,000 ਰੁਪਏ ਨਾਲ ਸਨਮਾਨ ਵੀ ਕੀਤਾ ਜਾਣਾ ਹੈ। ਦੋਸਤੋ, ਇਹ ਸਾਰੇ ਮੈਚ 11 ਵਜੇ ਤੱਕ ਸ਼ੁਰੂ ਕੀਤੇ ਜਾਣਗੇ ਅਤੇ ਇਸ ਨੂੰ ਤੁਸੀਂ ਕਬੱਡੀ 365 'ਤੇ ਲਾਈਵ ਵੀ ਦੇਖ ਸਕਦੇ ਹੋ। ਅਗਲਾ ਕਬੱਡੀ ਕੱਪ ਦੋਸਤੋ ਪਿੰਡ ਘੁਲਾਟੀ ਜ਼ਿਲ੍ਹਾ ਲੁਧਿਆਣੇ ਵਿੱਚ ਹੋਵੇਗਾ, ਜਿੱਥੇ ਦੋਸਤੋ 19 ਤਰੀਕ ਨੂੰ ਫੁੱਟਬਾਲ ਦੇ ਮੈਚ ਕਰਵਾਏ ਜਾਣਗੇ ਅਤੇ ਕਬੱਡੀ ਦੇ ਮੈਚ ਵੀ ਕਰਵਾਏ ਜਾਣਗੇ। ਇੱਥੇ ਦੋਸਤੋ ਕਬੱਡੀ ਓਪਨ ਦੇ ਵਿੱਚ ਪਹਿਲਾਂ ਐਂਟਰੀ 500 ਰੁਪਇਆ ਹੋਵੇਗੀ, ਜਿਹਦਾ ਪਹਿਲਾ ਨਾਮ 71,000 ਰੁਪਇਆ, ਦੂਜਾ ਨਾਮ 52,000 ਰੁਪਇਆ ਹੈ। ਅਤੇ ਕਬੱਡੀ 47 ਕਿੱਲੋ ਦੇ ਵਿੱਚ ਐਂਟਰੀ 150 ਰੁਪਇਆ, ਪਹਿਲਾ ਨਾਮ 6,500, ਦੂਜਾ ਨਾਮ 5,500 ਰੁਪਏ ਹੈ। ਅਗਲਾ ਕਬੱਡੀ ਕੱਪ ਦੋਸਤੋ 62 ਕਲਾਂ ਨਕੋਦਰ ਜਿਹੜਾ ਜਲੰਧਰ ਵਿੱਚ ਹੋਵੇਗਾ, ਜਿੱਥੇ ਦੋਸਤੋ ਵੀ ਫੁੱਟਬਾਲ ਦੇ ਮੈਚ ਕਰਵਾਏ ਜਾਣਗੇ, ਜਿਹਦਾ ਪਹਿਲਾ ਨਾਮ 31,000 ਰੁਪਏ ਹੋਵੇਗਾ ਅਤੇ ਦੂਜਾ ਨਾਮ 25,000 ਰੁਪਏ ਹੋਵੇਗਾ। ਇਸ ਨੂੰ ਤੁਸੀਂ ਕਬੱਡੀ 365 'ਤੇ ਦੋਸਤੋ ਲਾਈਵ ਦੇਖ ਸਕਦੇ ਹੋ।